ਅਨਹਦ ਗਿੱਲ ਵਲੌਗਸ ਤੇ ਕਰਦੇ ਆ ਜੀ ਵੈਲਕਮ ਤੇ ਆਲੂ ਕੈਪਸੂਲ ਖਾਣਾ ਅਨਹਦ ਵੇ ਸਵੇਰੇ ਸਵੇਰ ਕੀ ਖਾਣ ਦਿਆ ਅਨਹਦ ਨਾ ਖਾਇਆ ਕਰੇ ਹੋ ਜੀ ਖਾ ਵੀ ਲਿਆ ਵਾ ਖਾ ਵੀ ਜਦ ਨੂੰ ਮਨਾ ਕੀਤਾ ਤਾਂ ਫੇਰ ਨਹੀਂ ਹਟਦਾ ਅਨਹਦ ਤੇ ਭੁਈ ਦੀ ਹੈਗੀ ਆ ਮੈਰਿਜ ਤੇ ਘਰ 'ਚ ਲੱਗੀਆਂ ਪੂਰੀਆਂ ਰੌਣਕਾਂ ਤੇ ਅੱਜ ਖਣਪੜ ਸਾਹਿਬ ਜੀ ਦਾ ਦੂਜਾ ਦਿਨ ਹੋ ਗਿਆ ਕੱਲ੍ਹ ਨੂੰ ਪੈਣੇ ਭੋਗ ਅਨਹਦ ਕਰੂ ਛੁੱਟੀ ਕੱਲ੍ਹ ਨੂੰ ਕੱਲ ਨੂੰ ਬਹੁਤ ਸਾਰੇ ਗੈਸਟ ਅਨਹਦ ਨੇ ਦੋ ਚੀਜ਼ਾਂ ਮਿਸ ਕਰ ਦੇਣੀਆਂ ਕੱਲ੍ਹ ਜਾਂ ਤੇ ਭੋਗ ਮਿਸ ਕਰੂਗਾ ਅਨਹਦ ਤੇ ਜਾਂ ਫਿਰ ਸਕੂਲ ਦੀ ਪਾਰਟੀ ਮਿਸ ਕਰੂਗਾ ਸਕੂਲ ਦੀ ਪਾਰਟੀ ਮਿਸ ਕਰ ਦੇਗਾ ਪਾਰਟੀ ਵੇਖ ਆ ਭੋਗ ਤੇ ਲੇਟ ਹੀ ਪੈਣਾ ਹੈ ਵੇਖ ਲਾ ਭੋਗ ਲੇਟ ਪੈਣਾ ਜੀ ਹੈ ਖੇਡ ਲੇਗਾ ਤੇਰੇ ਉਹ ਦੀਵਾਲੀ ਦਾ ਫੰਕਸ਼ਨ ਸੈਲੀਬ੍ਰੇਟ ਕਰਨ ਲੱਗੇ ਤੈਨੂੰ ਪਤਾ ਤੇ ਫਿਰ ਦੱਸਿਆ ਨੀ ਮੈਸੇਜ ਵੀ ਆਇਆ ਮੈਡਮ ਦਾ ਤੂੰ ਵੇਖ ਲਾ ਦੋਵੇਂ ਚੀਜ਼ਾਂ ਮਿਸ ਕਰ ਉਹ ਇੱਕ ਚੀਜ਼ ਮਿਸ ਕਰ ਦੇ ਜਿਹੜੀ ਮਰਜ਼ੀ ਕਰ ਲਾ ਕੀ ਡਿਸਾਈਡ ਕੀਤਾ ਫਿਰ ਤੂੰ ਸਕੂਲ ਮਿਸ ਕਰੇਗਾ ਚੱਲ ਇਹਦੇ 'ਚ ਤਾਂ ਮੈਂ ਵੀ ਤੇਰੀ ਸਪੋਰਟ ਕਰ ਦੂੰਗਾ ਤੈਨੂੰ ਛੁੱਟੀ ਕਰਾ ਦੂੰਗਾ ਕਿਉਂਕਿ ਘਰ 'ਚ ਆ ਨਾ ਆਪਣੇ ਪ੍ਰੋਗਰਾਮ ਬਾਹਰ ਹੁੰਦਾ ਤਾਂ ਫਿਰ ਨਹੀਂ ਕਰਾਉਣੀ ਤੈਨੂੰ ਸਾਰੇ ਜਾਣੇ ਆਉਣੇ ਕੱਲ੍ਹ ਭੋਗ ਦੇ ਗੈਸਟ ਆਉਣਗੇ ਸਾਰੇ ਸ਼ਾਮ ਨੂੰ ਚੂੜੀਆਂ ਵੀ ਆ ਭੁਈ ਦੀਆਂ ਬੈਂਗਲ ਸੈਰੇਮਨੀ ਟਿਊਸ਼ਨ ਤੋਂ ਵੀ ਛੁੱਟੀ ਹੋਊਗੀ ਕੱਲ੍ਹ ਦਿਨ ਦੋਵੇਂ ਛੁੱਟੀਆਂ ਹੋਣਗੀਆਂ ਤੈਨੂੰ ਮੌਜਾਂ ਬਣ ਗਈਆਂ ਕਿ ਚਲੋ ਫਿਰ ਅੱਜ ਦਾ ਦਿਨ ਕਰਦੇ ਹਾਂ ਇੰਜੋਏ ਤੇ ਬਾਬਾ ਜੀ ਦੇ ਕਰਦੇ ਹਾਂ ਦਰਸ਼ਨ ਨਾਲੇ ਅੱਗੇ ਫੇਰ ਸਕੂਲ ਬੱਸ ਚੱਲਣ ਦੀ ਹੈ ਬਾਬਾ ਸਕੂਲ ਬੱਸ ਦੇ ਪਿੱਛੇ ਹਾਂ ਅਨਹਦ ਨੂੰ ਸਕੂਲ ਛੱਡ ਕੇ ਹੁਣ ਮੈਂ ਜਾਊਂਗਾ ਪਿੰਡ ਸਿੱਧੇ ਫਿਰ ਉੱਥੇ ਜਾ ਕੇ ਬਾਬਾ ਜੀ ਦੇ ਮੱਥਾ ਟੇਕਾਂਗੇ ਰੱਬ ਰੱਬ ਕਰਾਂਗੇ ਘੜੀ ਫਿਰ ਬਾਕੀ ਦੀਆਂ ਤਿਆਰੀਆਂ ਵੇਖਾਂਗੇ ਕੀ ਕਰਨੀਆਂ ਅੱਜ ਸਾਰਾ ਦਿਨ ਹਨ ਪਾਪਾ ਜੀ ਜੋ ਮੈਂ ਸਕੂਲ ਲੈ ਆਉਣਾ ਲਓ ਵੀ ਆਪਾਂ ਪਹੁੰਚ ਗਏ ਅਨਹਦ ਦੇ ਸਕੂਲ ਅਨਹਦ ਜਾਂਦਾ ਦੌੜਿਆ ਤੇ ਔਰ ਇਹ ਅਨਹਦ ਦੀ ਕਲਾਸ ਪੜਦੇ ਬੰਦ ਆ ਅੱਜ ਪੜਦੇ ਬੰਦ ਕੀਤੇ ਅਨਹਦ ਤੇਰੀ ਕਲਾਸ ਦੇ ਹਨਾ ਆਪਾਂ ਲੇਟ ਆ ਕਿਸ ਵਕਤ ਹੈ ਬੱਚੇ ਆਉਣ ਡੇ ਅਜੇ ਹਨਾ ਆਪਾਂ ਲੇਟ ਨਹੀਂ ਕਿ ਟਾਈਮ ਨਾਲ ਹੀ ਅੱਜ ਨਹੀਂ ਤਾਂ ਅੱਗੇ ਲੇਟ ਹੋ ਜਾਂਦੇ ਨੇ ਹੁਣ ਤਾਂ ਟਾਈਮ ਨਾਲ ਉੱਠ ਜਾਂਦਾ ਹਨਾ ਤਾਂ ਅੱਗੇ ਲੇਟ ਉੱਠਦਾ ਹੁੰਦਾ ਸਿਆਣਾ ਆ ਗਿਆ ਹੁਣ ਕਾਹਤੇ ਜਾਣਾ ਮੈਡਮ ਜੀ ਐਕਟੋ 'ਤੇ ਜਾਣਾ ਗੱਡੀ 'ਤੇ ਜਾਣਾ ਕਿ ਬੁਲਟ 'ਤੇ ਜਾਣਾ ਜੀ ਬੁਲਟ ਦੀ ਕਿਸਮਤ ਠੰਡੀ ਵਿਚਾਰੇ ਦੀ ਸਾਡਾ ਮਕਾਨਿਕ ਢਿੱਲਾ ਗਿਆ ਵਿਚਾਰਾ ਚੱਲ ਉਹ ਫੋਨ ਚਾਚੇ ਹੋਣਾ ਦੇ ਤਿੰਨ ਆ ਗਏ ਕਹਿੰਦੇ ਛੇਤੀ ਆ ਜਾਓ ਰੋਟੀ ਖਾ ਵੀ ਲਈ ਨਾ ਪੈਰ ਵੀ ਚੱਕ ਲਈ ਆ ਪਰੌਣੇ ਦੀ ਲਈ ਨਾ ਨਹੀਂ ਪਰੌਣੇ ਦੀ ਨਹੀਂ ਮੰਮੀ ਦੀ ਲਈ ਮੈਂ ਕਿਹਾ ਪਰੌਣੇ ਦੀ ਰੋਟੀ ਪਾਲੀ ਨਾਲ ਉਦਾਂ ਭਾਵੇਂ ਵੀਜੋ ਚੋਰੀ ਲਈ ਹੋ ਤੀਆਂ ਨੂੰ ਦਿਖਾਤੀ ਉਦਾਂ ਆਹ ਵਾਹ 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 ਵੇ ਵਿਆਹ ਵਾਲੇ ਘਰ 'ਚ ਕਿਦਾਂ ਸਬਜ਼ੀਆਂ ਸਬਜ਼ੀਆਂ ਦੇਖੀ ਜਾਂਦੀਆਂ ਕੱਲ੍ਹ ਦੀਆਂ ਵੀ ਜੀ ਤੁਹਾਡੀ ਸਿਰ ਮਿੜ ਜੱਪੇ ਹੋਣੀ ਇੰਨੀ ਜ਼ਿੰਮੇਵਾਰੀ ਹੁੰਦੀ ਆ ਨਾ ਕੋਈ ਗੱਲ ਨਹੀਂ ਫਿਰ ਕੀ ਹੋਵੇ ਸਹੀ ਗੱਲ ਅਜੇ ਮੈਂ ਸਵੇਰੇ ਸਕੂਲ ਹੀ ਅਨਹਦ ਤੇ ਪਹੁੰਚਿਆ ਮੈਨੂੰ ਮਗਰੇ ਫੋਨ ਆ ਗਿਆ ਚਾਚੇ ਦਾ ਮੈਂ ਕਿਹਾ ਚਾਚਾ ਕਹਿੰਦਾ ਉਹ ਸਬਜ਼ੀਆਂ ਦਾ ਕੀ ਕੀਤਾ ਮੈਂ ਮਾਸੀ ਨੂੰ ਫੋਨ ਕੀਤਾ ਮਾਸੀ ਤੇ ਚਾਚਾ ਆਪਸ 'ਚ ਲੜੀ ਜਾਂਦੇ ਹੋਏ ਉਹ ਕਰੇ ਮੈਨੂੰ ਨਹੀਂ ਪਤਾ ਉਹ ਕਰੇ ਮੈਨੂੰ ਨਹੀਂ ਪਤਾ ਮੈਂ ਕਿਹਾ ਤੁਸੀਂ ਫੋਨ ਕੱਟੋ ਮੈਂ ਆ ਹੀ ਗਿਆ ਆਵੇ ਘਰ ਵਿਆਹ ਤੇ ਦੋਵੇਂ ਪਿਓ ਪੁੱਤ ਵੇ ਕਿੱਦਾਂ ਪੱਗਾਂ ਬੰਨ ਕੇ ਤੁਰ ਵੀ ਪਏ ਵੇ ਤੂੰ ਸਹੀ ਦੱਸਦਾ ਨੀ ਉਹਨੇ ਮੁੜ ਕੇ ਕਹਿਣਾ ਇਸ ਮਗਰੇ ਦੇ ਅੰਗਲ ਜਾ ਲਵਾ ਮੈਂ ਫਿਰ ਜਾਣਾ ਨਹੀਂ ਮੈਂ ਨਹੀਂ ਜਾਣਾ ਇਹ ਰਾਤ ਨੂੰ ਵੇਖੀ ਇਹਨੇ ਬੜੀਆਂ ਲਾਈਟਾਂ ਲਾਈਆਂ ਐਂਬੂਲੈਂਸ ਹੀ ਬਣਾਈ ਇਹਨੇ ਮੋਟਰਸਾਈਕਲ ਘੱਟ ਦੇ ਐਂਬੂਲੈਂਸ ਜਾ ਜਾ ਮਾਸੀ ਕਹਿੰਦੇ ਹਾਂ ਮੱਥਾ ਨਹੀਂ ਟੇਕਦੀ ਮੈਂ ਤਾਂ ਹੀ ਤਾਂ ਗੋਡੇ ਰਹਿ ਗਏ ਸਾਡੇ ਬਸ ਆਹ ਕਿਤੇ ਟੇਕਣਾ ਹੁਣ ਵੱਡੇ ਹੋ ਕੇ ਕਿਤੇ ਟੇਕਣਾ ਪੂਰੀ ਸਟੋਰੀ ਤੂੰ ਦੱਸੀ ਨਹੀਂ ਜਿਹੜੀ ਮਾਸੀ ਜਿਹੜਾ ਮੱਥਾ ਟੇ ਹੁਣ ਗਏ ਆ ਜਿਹੜਾ 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 ਮਾਸੀ ਨੇ ਡਾਇਲੌਗ ਮਾਰਿਆ ਉਹ ਤਾਂ ਦੱਸਿਆ ਨਹੀਂ ਦੱਸਦੀ ਨੀ ਹੁਣ ਵੇਹਲਾ ਤੂੰ ਮੱਥਾ ਟੇਕਿਆ ਪਿਆਰ ਲੈ ਹੀ ਲਿਆ ਵੇਖੇ ਵੇਖੇ ਨਹੀਂ
ਹੁਣ ਅਸੀਂ ਪਹੁੰਚ ਗਏ ਆ ਟ੍ਰੇਲੀਅਮ, ਕਿਉਂਕਿ ਉਦਣ ਮੇਰੀ ਰਹਿ ਗਈ ਸੀ ਜੁੱਤੀ, ਨਾਪ ਨਹੀਂ ਆਇਆ ਤੇ ਪੈਸੇ ਦੇ ਗਏ ਹਾਂ ਤੇ ਇਹਨਾਂ ਨੇ ਭੇਜੀ ਵੀ ਨਹੀਂ ਘਰ। ਕਸਟਮਰ ਸਾਡੇ ਨਾਲ ਨਾਰਾਜ ਹੁੰਦੇ ਆ ਕਿ ਸਾਡੇ ਪਾਰਸਲ ਤੁਸੀਂ ਲੇਟ ਕਰ ਦਿੰਦੇ ਜੇ। ਖੁੱਲੀ ਡਿੱਗੀ ਭਰਾਵਾ, ਇਹ ਚ ਕੀ ਆ, ਖੁੱਲੀ ਆ। ਪਹੁੰਚ ਗਏ ਟ੍ਰਿਲੀਅਮ ਪਾਰਕਿੰਗ ਤੇ ਅੱਜ ਕਰਦੇ ਆ ਥੋੜੀ ਬਹੁਤੀ ਸ਼ੋਪਿੰਗ। ਅੱਜ ਮੈਂ ਵੀ ਆਪਣੀ ਸ਼ੋਪਿੰਗ ਕਰੂੰਗਾ ਥੋੜੀ ਬਹੁਤੀ। ਫੋਟੋ ਸ਼ੂਟ ਹੋਣ ਡਿਆ ਮਗਰ ਬੜੇ ਦਿਨ ਵੇਟ ਕਰਾਈ ਭਾਜੀ ਤੁਸੀਂ, ਬੜੇ ਦਿਨ ਹੋ ਗਿਆ ਸਾਨੂੰ ਵੇਟ ਕਰਦੇ ਹਾਂ। ਥੈਂਕ ਯੂ ਭਾਜੀ, ਥੈਂਕ ਯੂ। ਇਹਦੇ ਨਾਲ ਦੀ ਮੈਂ ਕਰਤੀ ਫੇਰ ਆਰਡਰ। ਔਖਾ ਹੀ ਆ ਤੇਰਾ ਕੰਮ, ਇੱਕ ਤਾਂ ਸਾਈਜ਼ ਦਾ ਪੰਗਾ ਪੈ ਜਾਂਦਾ, ਪੈਰ ਤੇਰੇ ਨਿੱਕੇ ਨਿੱਕੇ ਨਿਆਣੇ ਆ ਤਾਂ ਉੱਥੋਂ ਸਗੋਂ ਬੱਚਿਆਂ ਵਾਲੇ ਸੈਕਸ਼ਨ 'ਚ ਭੇਜ ਦਿੰਦੇ। ਅੱਗੇ ਹਫ਼ਤੇ ਬਾਅਦ ਆਏ ਅਸੀਂ, ਜੋ ਕਾਲ ਡਿੱਕਣਦੇ ਕਿ ਆਉਂਦੇ ਆਉਂਦੇ ਆ ਕਰਦੇ ਆ। ਹੁਣ ਇੱਥੇ ਆਏ ਤਾਂ ਕਹਿੰਦੇ ਜੀ ਹੁਣੇ ਆਏ, ਅੱਜ ਹੀ ਆਈ ਹੁਣ। ਉਹ ਪਾ ਕੇ ਜਾਣੀ ਨਾ ਜਿਹੜੀ ਲਈ, ਹੁਣ ਨਹੀਂ ਉਹ ਤਾਂ ਕਰਾ ਲਈ ਆ ਤੇ ਹੁਣ ਇੱਕ ਹੋਰ ਦੇ ਤੇ ਇਹ ਵੀ ਹਫਤੇ ਬਾਅਦ ਆਉਣੀ ਹੈ। ਇਹਦੀ ਵੀ ਪੇਮੈਂਟ ਹੋ ਗਈ। ਚਲੋ ਜੀ ਆਹ ਚੰਗਾ ਕੰਮ। ਇਹ ਆ ਗਿਆ ਸਾਡਾ ਅੰਮ੍ਰਿਤਸਰ ਸ਼ਹਿਰ, ਇਹ ਆਪਾਂ ਇਸ ਟਾਈਮ ਬੈਠੇ ਹਾਂ ਟ੍ਰਿਲੀਅਮ ਦੇ ਫੂਡ ਕੋਰਟ 'ਚ। ਇਹ ਰਹੀ ਜਸਲੀਨ ਅਤੇ ਇੱਧਰ ਰਹੀ ਰਜਵਿੰਦਰ ਕੌਰ ਅਤੇ ਮੈਂ ਬਿਹਾਇੰਡ ਦੀ ਕੈਮਰਾ। ਇੱਧਰ ਫੂਡ ਕੋਰਟ ਹੈ, ਪਿੱਛੇ ਆਪਣੇ ਇਹ ਸਾਰਾ ਕੁਛ ਖਾਣ ਪੀਣ ਵਾਲਾ ਇੱਧਰ ਹੈ, ਇੱਧਰ ਵੀ ਹੈਗਾ ਹੈ ਨਾ, ਇੱਧਰ ਵੀ ਆਪਾਂ ਬੈਠੇ ਸਭ ਤੋਂ ਟੌਪ ਤੇ ਆ ਨਾ ਤਾਂ ਕਰਕੇ। ਆਹ ਜਸਲੀਨ ਪੀਜ਼ਾ ਜਿਹੜਾ ਉਦੋਂ ਖਾ ਕੇ ਗਏ ਨਾ, ਬੜਾ ਸਵਾਦ ਲੱਗਾ ਸੀ, ਤੈਨੂੰ ਕਿਹਾ ਖਵਾ ਕੇ ਲਿਆਵਾਂਗੇ। ਉਸ ਵੇਲੇ ਲੈ ਕੇ ਆਏ ਆਹੋ, ਮਤਲਬ ਉਹੀ ਮੈਂ ਮਰਜ਼ੀ ਜਸਲੀਨ ਇੱਧਰ ਵੇਖ ਜਸਲੀਨ ਬੜੇ ਚਲਾਕ ਨਿਕਲੇ, ਸਾਰਾ ਅਕਾਊਂਟ ਖਾਲੀ ਕਰਤਾ ਇਸੇ ਕਰਕੇ ਤਾਂ ਫੋਨ ਤੁਹਾਡਾ ਬੜਿਆ। ਕਰ ਲਈ ਸ਼ੋਪਿੰਗ, ਹੁਣ ਅੱਗੇ ਦੁਕਾਨ ਮੈਂ ਫੋਨ ਫੜਾਉਂਦੀ ਆਪਣਾ ਤੁਹਾਨੂੰ। ਸ਼ੋਪਿੰਗ ਕਰਾਏ ਹੁਣ ਆਪਾਂ, ਹਾਂ ਅਨਹਦ ਦੀ ਮਿਲੀ ਆ ਤਾਂ ਹੀ ਸੋਹਣੀ ਲੱਗੀ। ਅਸੀਂ ਹੁਣ ਕਰਕੇ ਆ ਗਏ ਸ਼ੋਪਿੰਗ। ਹੈਲੋ, ਤੁਹਾਡੇ ਪੈਸੇ ਲੱਗੇ ਤਾਂ ਇੱਦਾਂ ਦਾ ਮੂੰਹ ਬਣਿਆ। ਅਨਹਦ ਵਾਸਤੇ ਲੈ ਕੇ ਆਉਂਦਾ, ਅਨਹਦ ਵਾਸਤੇ ਆ, ਸੁਖਜਿੰਦਰ ਵਾਸਤੇ ਆ, ਮੇਰੀ ਜੁੱਤੀ
ਜੁੱਤੀ ਬੜੀ ਸੋਹਣੀ ਲੱਗੀ ਆਪਣੀ ਸੋਹਣੀ ਨਾ ਮੋਤੀ ਜਿਹਾ ਸੋਹਣੀ ਦੀਪ ਵਧਾਈ ਹੋਵੇ ਤੈਨੂੰ ਵਧਾਈ ਹੋਵੇ ਵਿਆਹ ਦੀ ਕੁੜੀ ਦੇ ਦੀ ਭੈਣ ਦੇ ਵਿਆਹ ਦੀ ਪਿੱਛੇ ਭੂਆ ਦੋਵਾਂ ਨੂੰ ਵਧਾਈਆਂ ਹਨ ਠੀਕ ਠਾਕ ਘਰ ਪਰਿਵਾਰ ਕਿਰਪਾ ਸਾਰੇ ਠੀਕ ਠਾਕ ਕਰੇ ਸੱਗੂ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਕਿੰਨੀਆਂ ਰੋਟੀਆਂ ਖਾਦੀਆਂ ਜੇ ਹੁਣ ਦੱਸੋ ਮੈਨੂੰ ਆਵੇ ਚੌਲਾਂ ਦੀ ਲਾਗੇ ਆਪਣੇ ਰੱਖੀ ਦੇਖ ਪੂਰੀ ਇਹਨਾਂ ਨੇ ਤਿੰਨ ਥਾਲੀਆਂ ਰੱਖੀਆਂ ਜੀ ਤੂੰ ਕੀ ਲੈ ਕੇ ਆਈ ਮੇਰੇ ਲਈ ਤੂੰ ਕੀ ਲਈ ਫਿਰਦਾ ਤਿੰਨੇ ਜਣੀਆਂ ਬੜੀ ਸੇਵਾ ਕਰਨ ਡਈਆਂ ਮਾਨ ਸੇਵਾ ਤੁਹਾਡੀ ਮੰਨ ਕੇ ਫੇਰੇ ਫੇਰੇ ਤਾਂ ਉਹਨੇ ਮਾਰਨ ਡਈ ਫੇਰੇ ਤਾਂ ਉਹਨੇ ਮਾਰਨ ਡਈ ਆ ਸਾਡੀ ਬੀਬੀ ਵੀ ਆ ਗਈ ਹੋਰ ਬੀਬੀ ਠੀਕ ਠਾਕ ਬੀਬੀ ਖੁਸ਼ ਆ ਅੱਜ ਬੀਬੀ ਦੀਆਂ ਕੁੜੀਆਂ ਵੀ ਆਈਆਂ ਵੇ ਬੀਬੀ ਦੀ ਪੋਤਰੀ ਵੀ ਆਈ ਲਾਡ ਲੈ ਰੌਣਕ ਲੱਗੀ ਨੋਵਾ ਫਿਰਦੇ ਕਿ ਬੱਸਾਂ ਕੈਨ ਆਉਂਦੀ ਹੈ ਕੈਨ ਬੀਬੀ 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 ਅੱਗੇ ਮੈਨੂੰ ਆਖਣ ਡਈ ਕਹਿੰਦੀ ਅੱਜ ਮੈਂ ਪੂਰੀ ਖੁਸ਼ ਹਾਂ ਕਮਲ ਕਿਹਦੀਆਂ ਕਰਨ ਡੇ ਜਿਹੜਾ ਮਰਜ਼ੀ ਪਾ ਲਓ ਲੱਗਣੀਆਂ ਤੁਸੀਂ ਓਦਾਂ ਦੀਆਂ ਗਜਬ ਇੱਧਰ ਟੇਡੇ ਵਾਲੇ ਰਾਤੀ ਵਤਨ ਨੇ ਬੜਾ ਜ਼ੋਰ ਲਾਇਆ ਅੱਜ ਤੂੰ ਆ ਗਿਆ ਜ਼ੋਰ ਲਾਉਣ ਉਹ ਗੱਲ ਨਹੀਂ ਵਤਨ ਹੋਣਾ ਰਾਤੀ ਬੜਾ ਜ਼ੋਰ ਲਾਇਆ ਜੀ ਪਾਣੀ ਪਾਈ ਬੀਬੀ ਆਂਦੇ ਮੈਂ ਸੈਰ ਕਰਦੀ ਤੇ ਮੈਂ ਰਾਤ ਉੱਠ ਉੱਠ ਕਰੋਗੇ ਹੁਣ ਬੀਬੀ ਉਹ ਨਾ ਸੌਦੇ ਹੋ ਜੇ ਮੁੜ ਕੇ ਦਾਦਾ ਜੀ ਬੀਬੀ ਬੀਬੀ ਦੀ ਸਪੀਡ ਨਾ ਵੱਜ ਬੀਬੀ ਨੇ ਰਾਤ ਮੋਟੇ ਰਹਿਣਾ ਸਵੇਰੇ ਐ ਸਲਮ ਫਿੱਟ ਹੋ ਜਾਣਾ ਵੇਖੀ ਰਾਤੀ ਵਤਨ ਨੇ ਬਣਾਇਆ ਦੂਜਾ ਰਗੜ ਰਗੜ ਕੇ ਰਗੜ ਰਗੜ ਕੇ ਵਿਚਾਰੇ ਨਹੀਂ ਬੀਬੀ ਨਸ਼ਾ ਨਹੀਂ ਨਸ਼ਾ ਥੋੜੀ ਦੇ ਦੋ ਦੇ ਦੋ ਦੇ ਦੋ ਬੀਬੀ ਦੀ ਖਸਕਾਸ ਚ ਨਸ਼ਾ ਹੁੰਦਾ ਇੰਨਾ ਜ਼ਿਆਦਾ ਨੀ ਬੀਬੀ ਮਾਸੀ ਇਹ ਪਤਾ ਦੇ ਕਿੰਨੇ ਬਣਾਈ ਇਹ ਬਾਬੇ ਹਰੀਆਂ ਬੂਟੀਆਂ ਵਾਲਿਆ ਨਾ ਨਾ ਉਹ ਬਾਬੇ ਉਹਦੇ ਬਾਬੇ ਬੜੇ ਮਾਣ ਹੈ ਬੂਟੀਆਂ ਦਿਖਾ ਦੇ ਦਿਖਾ ਦੇ ਅਨਹਦ ਦੇ ਜਿਹੜੇ ਅੱਜ ਲੈ ਕੇ ਆਉਂਦੇ ਡੇਂਜਰਸ ਮਤਲਬ ਵੀ ਬੜੀ ਸੋਹਣੀ ਇੰਗਲਿਸ਼ ਕਿੰਨੇ ਸਿਖਾਈ ਤੈਨੂੰ ਕਿੰਨੇ ਸਿਖਾਈ ਤੈਨੂੰ ਇੰਨੀ ਸੋਹਣੀ ਇੰਗਲਿਸ਼ ਅਨਹਦ ਏਦਾਂ ਕਰਦੀ ਅਨਹਦ ਪਤਾ ਹੀ ਨਹੀਂ ਸੋਹਣਾ ਨਾ
ਸੋਹਣੇ ਆ ਨਾ ਆ ਤਾਂ ਤੇਰੀ ਅੱਗੇ ਹੈਗੀ ਬਲੈਕ ਹੋਰ ਨੀ ਹੈਗੇ ਬਸ ਹੋਰ ਕੱਲ ਜਾਵਾਂਗੇ ਕੱਲ ਲੈ ਕੇ ਆਵਾਂਗੇ अपने सोने टीचर दसता तो मैं कल छुट्टी करनी छुट्टी कल दी करनी तू कल ना स्कूल जाई दा बीबे पच्चे बनी दा हुंदा पढ़ी दा हुंदा फिर वड्डे हो गए के सवेरे कड़ी पढ़ाई होनी फंक्शन है परसों कल मैसेज दा ना 9 तरीक दा आया तेरे कोल पापा ये मैं अपने हड्डी क्लास से गया 10 तरीक नु अच्छा कल वड्डे बच्चा आंदी आ अच्छा 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 परसों छोटे बच्चे ते तू फिर हुन स्कूल जाना के ब्याह जाना ब्याह स्कूल जाई दा हुंदा ब्याह नहीं वेखी देंदे भोग ही पैना सवेरे ਤੇ ਜਿੰਨਾ ਚਿਰ ਨੂੰ ਬੈਂਗਲ ਸੈਰੇਮਨੀ ਹੋਣੀ ਆ ਉਹਨਾਂ ਚਿਰ ਨੂੰ ਤੂੰ ਆ ਜਾਣਾ ਨਹੀਂ ਕਿਉਂ ਨਹੀਂ ਤੂੰ ਉੱਥੇ ਕੀ ਕਰਨਾ ਬੱਚੇ ਉੱਥੇ ਕੀ ਕਰਦੇ ਬੱਚੇ ਖੇਡਦੇ ਹੋਰ ਕੀ ਕਰਦੇ ਤੇ ਸਕੂਲ ਨਹੀਂ ਖੇਡਦੇ ਤੇ ਛੁੱਟੀ ਕਰਨੀ ਆ ਸਾਰੇ ਕਿੰਨੇ ਕਰਨੇ ਬਿਲਕੁਲ ਦੀਦੀ ਸਰਗੋ ਦੀਦੀ ਤੇ ਪ੍ਰਾਮਤ ਤੇ ਤੂੰ ਕੱਲਾ ਜਾਈ ਸਕੋ ਸਾਰੇ ਤੂੰ ਸਗੋ ਸਾਰੇ ਪੁੱਛਣਗੇ ਤੈਨੂੰ ਅਨਹਦ ਨਹੀਂ ਆਈ ਅਨਹਦ ਨਹੀਂ ਆਈ ਆਪਾਂ ਕਹਾਂਗੇ ਅਨਹਦ ਸਕੂਲ ਗਈ ਮੈਨੂੰ ਨਹੀਂ ਹੋਈ ਲੱਗਦਾ ਫਿਰ ਇਦਾਂ ਮੈਂ ਨਹੀਂ ਮੈਂ ਤੇ ਫਿਰ ਜਾਣ ਕੇ ਨਹੀਂ ਛੁੱਟੀ ਕਰੂੰਗੀ ਕਰੂੰਗੀ ਕਿ ਨਹੀਂ ਕਰੂੰਗੀ ਕਰੂੰਗੀ ਤੂੰ ਕਹਿ ਮੈਂ ਜਾਣ ਕੇ ਨਹੀਂ ਕਰੂੰਗੀ ਛੱਡ ਕੇ ਚੱਲ ਠੀਕ ਆ ਕਿਹ ਬਣ ਗਈ ਦੰਦਾ ਸਾਨੂੰ ਤੇਰੀ ਮੈਡਮ ਦਾ ਫੋਨ ਵੀ ਆਇਆ ਹੈ ਅੱਜ ਕੀ ਕਹਿੰਦੇ ਕਹਿੰਦੇ ਫੰਕਸ਼ਨ ਹੈ ਸਕੂਲ ਦਾ ਇਹਨਾਂ ਨੂੰ ਭੇਜ ਦਿਓ ਮੈਂ ਕਿਹਾ ਠੀਕ ਆ ਜੀ ਬਾਅਦ ਵਿੱਚ ਕਹਿੰਦੇ ਇੱਕ ਅਸੀਂ ਪੇਰੈਂਟਸ ਦਾ ਵੀ ਰੱਖਿਆ ਆ ਫੰਕਸ਼ਨ ਹਾਂ ਜਿਹਦੇ ਵਿੱਚ ਪੇਰੈਂਟਸ ਨੇ ਪਾਰਟਿਸਪੇਟ ਕਰਨਾ ਤੇ ਤੁਸੀਂ ਆਓਗੇ ਮੈਂ ਕਿਹਾ ਸਾਡੇ ਤਾਂ ਘਰ ਵਿਆਹ ਹੈ ਤੇ ਸਾਰੇ ਗੈਸਟ ਘਰ ਆਏ ਹੋਣੇ ਤਾਂ ਅਸੀਂ ਗਾਜਲ ਜੀ ਪਾਪਾ ਜੀ ਸਾਡਾ ਨਾ ਸਪੋਰਟਸ ਡੇ ਆ ਉਸ ਦਿਨ ਪੇਰੈਂਟਸ ਨੂੰ ਵੀ ਬੁਲਾਇਆ ਵਾ ਸ਼ਾਇਦ ਉਦੋਂ ਨਹੀਂ ਫਿਰ ਕਹਿ ਹੋਣਾ ਮੈਡਮ ਨੇ ਵੀ ਉਹ ਪ੍ਰੋਗਰਾਮ ਹੈ ਪਾਪਾ ਜੀ ਹਾਨੂੰ ਦੇਲੀ ਕੋਈ ਨਹੀਂ ਚਲੋ ਸਵੇਰੇ ਵੇਖੀਏ ਪ੍ਰੋਗਰਾਮ ਫਿਰ ਹੁਣ ਆਪਣਾ ਕੱਪੜਾ ਕੁਪੜਾ ਕਰ ਲਓ ਪ੍ਰੈਸ ਜਿਹੜੇ ਜਿਹੜੇ ਪਾਉਣੇ ਆ ਆਪਣੇ ਰੈਡੀ ਕਰ ਲਓ ਤੇ ਮੈਂ ਸਵੇਰੇ ਪਹਿਲੇ ਟਾਈਮ ਨਿਕਲ ਜਾਣਾ ਸਵਖਤ ਹੀ ਤੇ ਤੁਸੀਂ ਮਗਰੋਂ ਫਿਰ ਆ ਜਿਓ ਮੈਂ ਤੁਹਾਡੇ ਨਾਲ ਹੀ ਜਾਣਾ ਸਵਖਤ ਹੈ ਮੈਂ ਪਾ ਚੱਲ ਜਾਣਾ 6 ਵਜੇ ਤੂੰ ਉਦੋਂ ਉੱਠਣਾ ਵੀ ਨਹੀਂ ਨਹਾਉਣਾ ਵੀ ਹੈ ਸਵੇਰੇ ਨਾ ਤੋ ਅਗੇ ਤੁਸੀਂ ਤਿਆਰ ਹੋ ਕੇ ਆ ਜਾਓ ਨਾ ਤੇ ਮੈਂ ਨਾ ਆ ਕੇ ਪਾ ਤਿਆਰ ਹੋ ਕੇ ਚੱਲ ਜਾਣਾ ਤੁਸੀਂ ਮੇਰੇ ਕੱਪੜੇ ਲਾਇਓ ਮੈਂ ਫਿਰ ਉੱਥੇ ਚੇਂਜ ਕਰ ਲੂੰਗਾ ਓਕੇ ਚਲੋ ਫਿਰ ਮਿਲਦੇ ਆ ਕੱਲ ਖਣਵੜ ਸਾਹਿਬ ਦੇ ਭੋਗ ਤੇ ਨਾਲੇ ਉੱਥੇ ਸਾਰੇ ਗੈਸਟ ਆਉਣਗੇ ਆਪਾਂ ਮਿਲਾਂਗੇ ਤੇ ਵਲੌਗ ਦਾ ਐਂਡ ਨਹੀਂ ਕਰਾਂਗੇ ਇਸ ਵਲੌਗ ਦਾ ਇੱਥੇ ਐਂਡ ਕਰ ਦਿੰਨੇ ਆ ਮਿਲਦੇ ਆ ਅਗਲੀ ਵੀਡੀਓ ਚ ਅਗਲੇ ਵਲੌਗ ਚ ਮੈਂ ਕਹਤਾ ਐਂਡ ਕਰ ਦਿੰਨੇ ਮੈਂ ਕਹਣਾ ਸੀ ਐਂਡ ਕਰ ਦਿੰਨੇ ਕਰਤਾ ਐਂਡ ਨਹੀਂ ਕਰਦੇ ਉਲਟਾ ਪੁਲਟਾ ਬੋਲੀ ਜਨਾ ਪਾਗਲ ਚਲੋ ਫਿਰ ਮਿਲਦੇ ਆ ਅਗਲੀ ਵੀਡੀਓ ਚ ਅਗਲੇ ਵਲੌਗ ਬਾਏ ਬਾਏ ਸਤਿ ਸ਼੍ਰੀ ਅਕਾਲ ਟੇਕ ਕੇਅਰ